ਉਹ ਰਾਤ ਸਾਲਿਆ ਕਿਹੋ ਜਿਹਾ ਚੀੜਾ ਜਿਹਾ ਬੱਕਰਾ ਖਵਾਇਆ ਹੈ, ਨਾਲੇ ਦਾਰੂ ਕਿਹੋ ਜਿਹੀ ਪਿਲਾਈ ਹੈ, ਸਾਲਾ ਹੁਣ ਤੱਕ ਸਿਰਜਾ ਫੜਿਆ ਪਿਆ। ਓਏ ਮੈਂ ਕੁੱਤੇ ਵਾਂਗੂ ਭੌਂਕੀ ਜਾਣਾ, ਤੂੰ ਇੱਧਰ ਅਖਬਾਰ ਪੜ੍ਹੀ ਜਾਣਾ ਭੁੰਡੀ। ਓਏ ਤੈਨੂੰ ਇਸ ਘਰ 'ਚ ਰਹਿੰਦੇ ਨੂੰ 1 ਮਹੀਨਾ 33 ਦਿਨ ਹੋ ਗਏ, ਮੇਰਾ ਨਾਂ ਭੁੰਡੀ ਨਹੀਂ ਜੋਰਾਵਰ ਜੰਗਬਾਜ ਸਿੰਘ ਜੰਗਪੁਰ ਵਾਲਾ ਓਏ ਨਜ਼ਾਰਿਆ। ਜੀ ਜਾ ਕੇ ਓਏ ਸਾਲਿਆ, ਸਾਲਾ ਬਕਵਾਸ ਮਰ ਜਾਂਦਾ, ਕੋਈ ਖਬਰ ਪੜ ਕੇ ਸੁਣਾ ਕੋਈ ਚੱਜਦੀ। ਲੈ ਸੁਣ ਓਏ ਜੀਜਾ, ਸਾਲਿਆਂ ਨੇ ਰਲ ਕੇ ਕੀਤਾ ਪਰੌਣੇ ਦਾ ਕਤਲ, ਬੇਰਹਿਮੀ ਨਾਲ ਵੱਡ ਵੱਡ ਕੇ ਮਾਰਿਆ, ਫੋਟੋ ਵੀ ਛਪੀਆ ਜੀਜਿਆ। ਓਏ ਕੋਈ ਚੱਜਦੀ ਖਬਰ ਪੜ ਕੇ ਸੁਣਾ ਕੋਈ ਚੱਜਦੀ, ਸਮਝ ਗਿਆ। ਲੈ ਚੱਜਦੀ ਖਬਰ ਸੁਣ ਲਾ ਓਏ ਜੀਜਾ, ਸਹੁਰੇ ਘਰ ਰਹਿੰਦੇ ਜਵਾਈ ਦੀ ਸਹੁਰਿਆਂ ਵੱਲੋਂ ਛਿੱਤਰ ਪਰੇਡ, ਕਾਲਾ ਮੂੰਹ ਕਰਕੇ ਕਾਣੇ ਗੱਦੇ ਤੇ ਚੜਾ ਕੇ ਉਹਨੂੰ ਵਾਪਸ ਉਹਦੇ ਪਿੰਡ ਭੇਜਿਆ। ਓਏ ਓਏ ਤੂੰ ਖਬਰ ਪੜ ਕੇ ਸੁਣਾ ਰਿਹਾ ਕਿ ਧਮਕੀਆਂ ਦੇ ਕੇ ਡਰਾ ਰਿਹਾ ਮੈਨੂੰ? ਬਈ ਮੇਰੀ ਗੱਲ ਸੁਣ, ਚਾਹੇ ਕੁਛ ਵੀ ਹੈ ਪਰ ਤੈਂ 'ਚ ਮੇਰੀਆਂ ਅੱਖਾਂ ਖੋਲਤੀਆਂ ਕੱਲ ਤੋਂ ਹੀ। ਬਸ ਕੱਲ ਤੋਂ ਕੀ? ਤੇਰਾ ਅਖਬਾਰ ਪੜ੍ਹਨਾ ਬੰਦ, ਸਮਝ ਗਿਆ ਨਾ। ਮੈਨੂੰ ਐਂ ਦੱਸ, ਆ ਜਿਹੜਾ ਗੰਡਾਸਾ ਰੱਖਿਆ ਤੈਂ, ਇਹ ਫੋਕੀਆਂ ਟੌਰਾਂ ਵਾਸਤੇ ਹੀ ਰੱਖਿਆ ਜਾਂ ਇਹਦੇ ਨਾਲ ਕੁਛ ਕਰਦਾ ਵੀ ਹੁੰਦਾ? ਓਏ ਜੱਟ ਨੇ ਇਹ ਗੰਡਾਸਾ ਕੁੱਤੇ ਬਿੱਲੇ ਪੱਟਣ ਨੂੰ ਨਹੀਂ ਰੱਖਿਆ, ਜਦੋਂ ਪਿੰਡ 'ਚ ਕੋਈ ਪਰਾਉਣਾ ਆਉਂਦਾ ਉਹਨੂੰ ਕੱਲੇ ਨੂੰ ਖੇਤ ਲਿਜਾ ਕੇ ਕਿੱਕਰ ਦੇ ਥੱਲੇ ਖੜਾ ਕੇ ਟੋਟੇ ਟੋਟੇ ਕਰਕੇ ਦਾਤਣ ਕਰਾਈ ਦੀਆਂ ਪਰਾਉਣਿਆ। ਓਏ ਮੇਰੀ ਗੱਲ ਸੁਣ, ਤੂੰ ਕਿੰਨੇ ਸੋਹਣੇ ਡਾਇਲੋਗ ਬੋਲ ਲੈਂਦਾ, ਹੁਣ ਤੂੰ ਫਿਲਮਾਂ 'ਚ ਕਿਉਂ ਨਹੀਂ ਆਉਂਦਾ? ਨਾਲੇ ਮੇਰੀ ਮਨ ਗਾਉਣ ਲੱਗ ਜਾ, ਓਏ ਅੱਜ ਕੱਲ੍ਹ ਤਾਂ ਜਣਾ ਖਣਾ ਗਾਇਕ ਫਿਲਮਾਂ ਬਣਾ ਰਿਹਾ, ਤੂੰ ਵੀ ਫਿਰ ਫਿਲਮਾਂ 'ਚ ਆਵੇਗਾ, ਨਹੀਂ ਤੈਨੂੰ ਕਿਸੇ ਨੇ ਨਹੀਂ ਪੁੱਛਣਾ। ਵਾਹ ਓਏ ਜੀਜਿਆ, ਮੈਂ ਤਾਂ ਤੈਨੂੰ ਲੰਡੂ ਸਮਝਦਾ ਸੀ, ਪਰ ਤੈਂ ਤਾਂ ਬੜੀ ਵਧੀਆ ਸਕੀਮ ਦੇਤੀ, ਮੈਂ ਤਾਂ ਅੱਜ ਹੀ ਕੋਈ ਗੁਰੂ ਲੱਭਦਾ ਓਏ।